ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਫੀ ਚੌਕਸੀ ਵਰਤਦਿਆਂ ਅਤੇ ਬੜੀ ਮਿਹਨਤ ਕਰਕੇ 13 ਸੈਪਟੰਬਰ ਨੂੰ ਇੱਕ ਜਿਹੜਾ ਸੋਨੇ ਦਾ ਕੋਰੀਅਰ ਕਰਦਾ ਸੀਗਾ ਬੰਦਾ ਮੁਕੇਸ਼ ਸੈਣੀ, ਉਹਦੇ ਪਾਸੋਂ ਕੋਈ 2 ਵਿਅਕਤੀਆਂ ਨੇ ਉਹਦੀ ਐਕਟਿਵਾ ਨੂੰ ਧੱਕਾ ਮਾਰ ਕੇ ਉਦੋਂ ਕਰੀਬ 1710 ਗ੍ਰਾਮ ਜਿਹੜਾ ਹੈਗਾ ਸੀ ਉਹਦਾ ਕੋਰੀਅਰ ਦਾ ਜਿਹੜਾ ਸੋਨਾ ਸੀਗਾ ਸਮੇਤ ਪਾਰਸਲ ਉਹ ਖੋਹ ਕੇ ਲੈ ਗਏ ਸੀਗੇ। ADCP ਸਿਟੀ 1 ਸ਼੍ਰੀ ਵਿਸ਼ਾਲਜੀਤ ਜੀ, ADCP ACP ਸੁਲਤਾਨਵਿੰਡ ਸ਼੍ਰੀ ਪ੍ਰਵੇਸ਼ ਜੀ, SHO ਡਿਵੀਜ਼ਨ C ਅਤੇ CIA 1, ਇਹਨਾਂ ਦੀਆਂ ਟੀਮਾਂ ਨੇ ਮਿਹਨਤ ਕਰਕੇ ਇਮੀਡੀਏਟਲੀ ਉਹ 'ਤੇ ਐਕਸ਼ਨ ਲੈਂਦਿਆਂ ਹੋਇਆਂ ਉਹਨਾਂ ਨੂੰ ਫੋਲੋ ਕਰਦਿਆਂ ਹੋਇਆਂ ਇਸ 4 ਵਿਅਕਤੀ ਜਿਹੜੇ ਇਹਦੇ 'ਚ ਇਨਵੋਲਵ ਸੀ, ਜਿਨ੍ਹਾਂ 'ਚੋਂ 2 ਵਿਅਕਤੀ ਰੈਕੀ ਕਰਨ ਵਾਲੇ ਸੀ, ਇੱਕ ਕਰਨਜੀਤ ਪੁੱਤਰ ਜਵਾਹਰ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ ਦਾ, ਦੂਸਰਾ ਜਸਕਰਨ ਸਿੰਘ ਇਹ ਵੀ ਸੁਲਤਾਨਵਿੰਡ ਅੰਮ੍ਰਿਤਸਰ ਦਾ, ਅਤੇ ਤੀਸਰਾ ਸ਼ਿਵਦੀਪ ਸਿੰਘ ਇਹ ਖਲਚੀਆਂ ਦਾ ਸੀ, ਬਿਕਰਮਜੀਤ ਸਿੰਘ ਇਹ ਪਿੰਡ ਸੱਜਲਵੱਡੀ ਖਲਚੀਆਂ ਦਾ ਸੀ। ਇਹ 4 ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਜਿਹੜਾ ਇਹਨਾਂ ਨੇ ਖੋਹ ਦਾ ਜਿਹੜਾ ਸੋਨਾ ਸੀ ਸਮੇਤ ਜਿਹੜਾ ਉਹਨਾਂ ਦਾ ਗੱਤਿਆਂ ਦਾ ਵੇਟ 1710 ਗ੍ਰਾਮ ਆ ਜਿਹੜਾ ਉਹ ਰਿਕਵਰ ਕਰ ਲਿਆ। ਇਹਨਾਂ ਤੋਂ ਇੱਕ ਪਿਸਟਲ ਵੀ ਰਿਕਵਰ ਹੋਇਆ ਅਤੇ ਇਹਨਾਂ ਨੇ ਜਿਹੜੇ ਮੋਟਰਸਾਈਕਲ 'ਤੇ ਖੋਹ ਕੀਤੀ ਸੀ ਉਹ ਰਿਕਵਰ ਕਰਕੇ ਇਸ ਦਿੱਤੀ ਹੋਈ ਜਿਹੜੀ ਵਾਰਦਾਤ ਦਾ ਜਿਹੜਾ ਸੀਗਾ ਉਹ ਪੂਰਾ ਕਲੀਅਰ ਕਰਕੇ ਇਹਨਾਂ ਤੋਂ ਪ੍ਰੋਪਰ ਰਿਕਵਰੀ ਹੋ ਗਈ ਆ। ਇਹ ਸਾਡੀ ਪੁਲਿਸ ਨੇ ਬਹੁਤ ਹੀ ਮਿਹਨਤ ਕਰਕੇ 24 ਘੰਟਿਆਂ ਤੋਂ ਪਹਿਲਾਂ ਕਰੀਬ ਜਿਹਦੇ 'ਚ 1710 ਗ੍ਰਾਮ ਸਮੇਤ ਗੱਤਿਆਂ ਦਾ ਵੇਟ ਸੀ ਅਤੇ 1.5 ਕਿਲੋ ਤੋਂ ਵੱਧ ਸੋਨਾ ਸੀਗਾ ਜਿਹਦੀ ਕਿ ਕਾਫੀ ਬਾਜ਼ਾਰੀ ਕੀਮਤ ਬਣ ਜਾਂਦੀ ਹੈ, ਬੜਾ ਅਹਿਮ ਸੀਗਾ, ਬੜਾ ਸੰਵੇਦਨਸ਼ੀਲ ਸੀਗਾ, ਇਹਨੂੰ ਟੇਸ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਹੋਈ ਆ। ਇਸੇ ਤਰ੍ਹਾਂ ਥਾਣਾ ਛਿਆਟਾ ਵਿੱਚ CIA 2 ਇੰਸਪੈਕਟਰ ਬਿੰਦਰਜੀਤ ਸਿੰਘ ਦੀ ਅਗਵਾਈ ਹੇਠ ਇੱਕ ਵਿਅਕਤੀ ਜਿਹੜਾ ਕਿ ਰਾਜਸਥਾਨ ਦੇ ਵਿੱਚ 3.5 ਕਿਲੋ ਹੀਰੋਇਨ ਦੇ ਵਿੱਚ ਬੰਦ ਸੀਗਾ, ਉਸ ਵਿਅਕਤੀ ਨੂੰ ਜਿਸਦਾ ਨਾਮ ਸੀ ਰਵਿੰਦਰ ਸਿੰਘ ਇਲਿਸ ਕਾਕਾ, ਘਨੂਪੁਰ ਕਾਲੇ ਥਾਣੇ ਛਿਆਟੇ ਦਾ, ਉੱਥੋਂ 3.5 ਕਿਲੋ ਹੀਰੋਇਨ ਦੇ ਵਿੱਚੋਂ ਉਹ ਬੇਲ ਲੈ ਕੇ ਆਪਣੇ ਭਰਾ ਦੀ ਜਿਹੜੀ ਆ 15 ਦਿਨਾਂ ਲਈ ਵਿਆਹ ਅਟੈਂਡ ਕਰਨ ਆਇਆ ਸੀਗਾ, ਉਸ ਤੋਂ ਬਾਅਦ ਉੱਥੋਂ ਭਗੌੜਾ ਹੋ ਗਿਆ, ਉੱਥੇ ਪਹੁੰਚਿਆ ਨਹੀਂ। ਉਹਦੇ ਖਿਲਾਫ਼ ਇੱਥੇ 2 ਮੁਕੱਦਮੇ ਹੋਰ ਵੀ ਦਰਜ ਸੀ ਆਲਰੇਡੀ, ਉਸ ਵਿਅਕਤੀ ਨੂੰ ਕਾਬੂ ਕੀਤਾ, ਉਹ ਤੋਂ ਕਾਬੂ ਕਰਕੇ 1 ਪਿਸਟਲ ਜਿਹੜਾ ਰਿਕਵਰ ਕੀਤਾ। ਇਸੇ ਤਰ੍ਹਾਂ ਉਹਦੀ ਫਰਦਰ ਇਨਵੈਸਟੀਗੇਸ਼ਨ ਤੋਂ ਇੱਕ ਹੋਰ ਵਿਅਕਤੀ ਆਸ਼ੀਸ਼ ਕੁਮਾਰੀਆ ਜਿਹੜਾ ਕਿ ਲਾਰੈਂਸ ਰੋਡ ਦਾ ਵਸਨੀਕ ਸੀਗਾ ਉਹਨੂੰ ਕਾਬੂ ਕੀਤਾ। ਇਹਦੇ ਬ੍ਰਦਰ ਦੀ ਪਾਰਸਲ ਦੀ ਕੰਪਨੀ ਸੀ, ਕੋਰੀਅਰ ਕਰਨ ਦੀ ਕੰਪਨੀ ਸੀ, ਇਹ ਵੱਖ ਵੱਖ ਦੁਕਾਨਾਂ ਤੋਂ ਆਪਣੇ ਆਪ ਇਹ ਉਹਨਾਂ ਤੋਂ ਇਕੱਠੇ ਕਰਦਾ ਸੀ, ਪਾਰਸਲ ਲੈਂਦਾ ਸੀ ਛੋਟੇ ਛੋਟੇ ਪਾਰਸਲ ਲੈ ਕੇ ਫਿਰ ਇਹ ਉੱਥੋਂ ਇਹਨੂੰ ਗਾਂਹ ਫਰਦਰ ਜਿੱਥੋਂ ਦੀ ਵੀ ਕੋਈ ਰਿਕੁਆਇਰਮੈਂਟ ਹੁੰਦੀ ਸੀ ਉਹਨਾਂ ਨੂੰ ਇਹ ਕੋਰੀਅਰ ਕਰਦੇ ਸੀ। ਇਹਨਾਂ 'ਚੋਂ ਜਿਹੜੇ ਦੋ ਵਿਅਕਤੀ ਹੈਗੇ ਸੀਗੇ ਇਹਨਾਂ ਦੇ, ਸ਼ਿਵਮ ਅਤੇ ਬਿਕਰਮ, ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਅਤੇ ਕਰਨਜੀਤ ਅਤੇ ਜਸਕਰਨ ਸਿੰਘ ਇਹ ਉੱਥੇ ਹੀ ਆਲਰੇਡੀ ਇਹ ਜਿਹੜੇ ਗੁਰਵਾਲੀ ਬ੍ਰਾਂਚ ਆ ਬਾਜ਼ਾਰ ਹੈਗਾ ਉੱਥੇ ਇਹ ਸੋਨੇ ਦਾ ਕੰਮ ਕਿਸੇ ਨਾ ਕਿਸੇ ਫੋਰਮ 'ਚ ਇਹ ਉੱਥੇ ਕੰਮ ਕਰਦੇ ਸੀਗੇ। ਇਹਨਾਂ ਦੋਨਾਂ ਵਿਅਕਤੀਆਂ ਨੇ ਪਲੈਨਿੰਗ ਕਰਕੇ, ਇਹਨਾਂ ਨੇ ਰੈਕੀ ਕਰਕੇ, ਉਸ ਬੰਦੇ ਦੀ ਇਨਫੋਰਮੇਸ਼ਨ ਦੇ ਕੇ
ਇਹ ਜਿਹੜੇ ਦੂਸਰੇ ਦੋ ਵਿਅਕਤੀ ਸ਼ਿਵਮਦੀਪ ਤੇ ਵਿਕਰਮਜੀਤ ਆ, ਇਹਨਾਂ ਰਾਹੀਂ ਇਹਨਾਂ ਨੇ ਵਾਰਦਾਤ ਦਾ ਅੰਜਾਮ ਦਵਾਇਆ। ਸ਼ਿਵਮਦੀਪ ਤੇ ਵਿਕਰਮਜੀਤ ਦੇ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਹੁੰਦਾ ਪਿਆ? ਨਹੀਂ, ਇਹਨਾਂ ਦੇ ਪੁਰਾਣਾ ਕੋਈ ਕ੍ਰਿਮੀਨਲ ਰਿਕਾਰਡ, ਕੋਈ ਨਸ਼ੇ ਦੇ ਆਦੀ ਨਹੀਂ ਇਹਨਾਂ ਦੇ ਵਿਚਾਰੇ? ਐਜ਼ ਆਫ ਆਫ ਨਹੀਂ। ਹਾਂਜੀ, ਤੁਸੀਂ 76,000 ਰੁਪਏ ਪਰ ਤੋਲਾ, ਹਾਂ 10 ਗ੍ਰਾਮ ਦਾ ਇਹਦੀ ਵਰਕਆਊਟ ਕਰ ਲਓ, ਇਟ ਇਜ਼ ਮੋਰ ਦੈਨ 1.5 ਕਰੋੜ ਤੋਤੇ ਹੋ ਜਾਂਦੀ ਹੈ। ਇਹ ਇਹਦੇ 'ਚ ਪਿਸਟਲ ਜਿਹੜਾ ਰਿਕਵਰ ਹੋਇਆ ਉਹ ਕੰਟਰੀ ਮੇਡ ਆ, ਇੱਕ ਜਿਹੜੇ ਸ਼ਾਰਟੇਜ ਆ ਉਹ ਇੱਕ ਗਲੋਕ ਪਿਸਟਲ ਆ ਉਹ ਬਾਹਰੋਂ ਆਇਆ, ਦੂਸਰਾ ਜਿਹੜਾ ਉਹ ਪਿਸਟਲ ਰਿਕਵਰ ਹੋਇਆ ਉਹ ਮੱਧ ਪ੍ਰਦੇਸ਼ ਤੋਂ ਆਇਆ। ਇਸ ਤਰ੍ਹਾਂ ਦੇ ਇਹ ਵੱਖ ਵੱਖ ਅਲੱਗ ਅਲੱਗ ਜਿਹੜੇ ਵੈਪਨ ਜਿਹੜੇ ਰਿਕਵਰ ਹੋਏ।